ਮੈਂ ਸਦਕੇ ਦਿਆਂ ਮੈਂ ਸਦਕੇ ਦਿਆਂ ਨੌਕਰ ਬਾਬਾ ਨੌਕਰ ਬਾਬਾ ਨੌਕਰ ਹਸਨ ਤੇ ਮੈਂ ਦੀ ਦੁਨੀਆ ਤੇ ਖਸੂਸ ਇੱਕ ਦੁਆ ਹੈ ਤੂੰ ਵਲਾ ਵਲਾ ਨਾ ਮਾਫੀ ਮੰਗ ਐ ਹੁਰ ਮਰਾ ਭਿਰਾ ਹੈ ਤੂੰ ਇਹ ਹਸ਼ਰ ਦੀ ਕਚਹਿਰੀ ਨਹੀਂ ਹੈ ਬਾਰਗਾ ਹੁਸੈਨ ਦੀਆਂ ਦੇ ਪਰਦੇ ਮੈਂ ਸਤਿਗੁਰ ਤੇ ਰੱਖ ਭੇਣ ਦੀ ਮਈਆ ਤੂੰ ਝੋਲੀ ਵਿੱਚ ਬੈਠਾ ਰੋਂਦਾ ਪੀਰ ਸਜਾ ਦੇ ਬੈਠਾ ਧੂੜ ਕੁੰਝੇਂਦਾ ਚਿਹਰੇ ਤੂੰ ਨਾ ਲੱਪਣੀ ਪਾਕ ਅਬਾ ਮੈਂ ਸਤਿਗੁਰ ਹੁਕਮ ਕੀਤਾ ਨੇ ਊ ਹੁਸੈਨ ਦੀ ਜ਼ਖਮੀ ਧੀ ਦਾ ਦੁੱਖ ਸੁਣਾ ਜਿਹਦੀ ਜ਼ਿੰਦਗੀ ਥੋੜ੍ਹੀ ਦੁੱਖ ਢੇਰ ਹਨ ਬਾਨੀਆਂ ਦੀ ਜਵਾਨਾਂ ਦੀ ਦਿਲ ਦੀ ਹਸਰਤ ਜੋ ਅਸੋ ਹੁਸੈਨ ਦੀ ਜ਼ਖਮੀ ਧੀ ਕਰੋ ਬੰਨ ਡੂ ਸਤਰਾਂ ਪੜੀਅਮ ਹੱਥ ਪਿਆ ਬੰਦਾ ਇਹਦੀ ਕਬਰ ਤੋਂ ਅਠਰਾ ਤੀ ਬਹਿ ਕੇ ਮੇਰੀ ਖੈਰਾਤ ਭਿੰਨੀ ਹੋਈ ਹੈ ਹੱਥ ਬੰਦਾ ਪੀਆਂ ਜਿਤਨੀ ਦੇਰ ਪੜਸਾਂ ਤੇਰੀ ਮਿੰਨਤ ਨਾ ਕਰੇ ਸਕ ਹਰ ਬੰਦਾ ਇੱਕ ਮਜਲੇ ਸਿੱਚ ਹਾਜ਼ਰ ਬਾਵੇ ਹੱਥ ਬਦ ਕੇ ਆਦਾ ਪਿਆ ਇੱਕ ਦਫਾ ਹੁਸੈਨ ਦੀ ਜ਼ਖਮੀ ਧੀ ਦੇ ਦੁੱਖਾਂ ਤੇ ਹੀ ਸੱਤਰ ਤੇ ਹੈ ਚਕਰੇ ਜਦਾਂ ਭੇਡ ਦੇ ਚਿਹਰੇ ਤੂੰ ਦੂਰ ਸਫਾ ਕੀਤੀ ਵਤ ਹੋਇਆ ਕਿਆ ਏ ਡਿੱਠੇ ਸੁਰਖ ਨਿਸ਼ਾਨ ਰੁਖ ਸਾਰਾ ਦੇ ਆਇਸ਼ਾ ਮੈਂ ਗਰੀਬਾ ਯਾਦ ਏ ਗਰੀਬਾ ਦਾ ਅਰਮਾਨ ਹੈ ਨਾ ਕਰਵਾ ਸੰਗੀਆਂ ਤੇਰੇ ਮਈਆ ਕੁਮਾਏ ਮੈਂ ਸਦਕੇ ਦੀਆਂ ਜਵਾਨੀਆਂ ਮਾਰੇ ਅੱਲਾ ਬਾਵੇ ਭੇੜੀ ਕੋ ਨਸੀਬ ਹੋ ਨੌਕਰ ਲਾਲਾ ਇਹ ਮਜਲੇ ਸੇ ਹੁਸੈਨ ਨੌਕਰ ਡਿੱਠੇ ਸੁਰਖ ਨਿਸ਼ਾਨ ਰੁਖ ਸਾਰਾ ਆਇਸ਼ਾ ਮੈਂ ਗਰੀਬਾ ਯਾਦ ਹੈ ਗਰੀਬਾ ਦਾ ਅਰਮਾਨ ਹੈ ਨਾ ਕਰਵਾ ਸੰਗੀਆਂ ਤੇਰੇ ਮਈਆ ਕੁਮਾਏ ਸਦਕੇ ਤੇ ਕਹਤ ਤੁਹਾਡੇ ਵਿੱਚ ਨਜੀਵੇਂ ਚਲੋ ਹਿੱਕ ਬਣ ਗਿਆ ਉਸਦੇ ਬਾਅਦ ਵੈਣ ਮੇਰੀ ਨੌਕਰੀ ਤਮਾਮ ਹੀ ਵਾਸਤੇ ਵੈਣ ਪਰਦਾ ਮਤ ਮਜ਼ਲੂਮ ਦੀ ਜ਼ਖਮੀ ਦੀ ਆਖ ਮੇਰੇ ਦੁੱਖਾਂ ਚ ਰੋਂਦੇ ਪਾਇਆ ਤਾਂ ਕਜੂ ਸਤ ਕੀਤੀ ਅਲਮੇ ਅੱਬਾਸ ਤੇ ਹਾਥੇ ਮੇਰਾ ਯਕੀਨ ਹੈ ਤੁਰੋ ਮਣਾ ਹੈ ਆ ਸਤਰੋ ਪਰਦਾ ਤੇਰੇ ਜਿਗਰ ਚ ਹੋਇ ਤੀ ਭੇਣ ਦਾ ਮਈਆ ਚਾ ਕੇ ਗਰੀਬ ਟੁਰਾ ਹੈ ਚੰਦ ਕਦਮਾਂ ਦੇ ਫਾਸਲੇ ਤੇ ਗਏ ਰੋਕਿਆ ਦੇ ਅੰਮਾ ਮਰ ਵੰਜਣ ਦੇ ਬਾਅਦ ਮੇਰੀ ਭੇਣ ਦਾ ਮਈਆ ਕਬਦਾ ਕਿਉਂ ਹੈ ਬੀਬੀ ਦੀ ਆਵਾਜ਼ ਆਈ ਸਜਾਦ ਬਚਰਾਈ ਦੀ ਮਈਆ ਚ ਖੌਫ ਹੈ ਕਾਤਲਾਂ ਦਾ ਈ ਕੋਹਾਂ ਨਾਲ ਬਚੜਾ ਗੱਲ ਤੂੰ ਹੱਥ ਨਹੀਂ ਆਜ ਥੀ ਨੀ ਕੋਈ ਵੇ ਵਾਜਾ ਦਫਨਾ ਜਾ ਬੀਬੀ ਦੀ ਆਵਾਜ਼ ਆਈਏ ਈ ਸ਼ਾਮ ਦੀ ਛੋਟੀ ਸੈਯਦਾ ਦੀਦਾ ਜ਼ਿੰਦਾ ਨੇ ਚੋ ਮਈਆ ਤਾ ਜਾ ਰੋਂਦੇ ਕਿਉਂ ਹੈ ਬੀਬੀਆਂ ਦੀ ਇਹ ਵਾਤ ਲੁਕੀ ਹੋਈ ਕਪਾ ਸਦਕੇ ਤੂੰ ਮੈਂ ਸਦਕੇ ਤੂੰ ਨੌਕਰ ਮੌਲਾ ਤੱਕ ਮਜ਼ਲੂਮ ਦੀ ਜ਼ਖਮੀ ਧੀ ਦਾ ਵਾਸਤਾ ਹੈ ਇਹਨਾਂ ਦਾ ਅਦਾਰਾ ਕੋਲ ਉਹ ਜਾ ਜ਼ਰੂਰ ਦਿਖਾ ਜਿੱਥਾਂ ਗਰੀਬਾਂ ਵਾਲੇ ਕਬਰਿਸਤਾਨ ਵਿੱਚ ਅੱਜ ਵੀ ਇਹ ਜ਼ਖਮੀ ਧੀ ਕਰਵਟਾਂ ਬਦਲ ਕੇ ਆ ਦੀਏ ਬਾਬਾ ਧੀ ਖੁਸ਼ਾਮ ਖਾ ਗਈ ਮੈਂ ਸਦਕੇ ਤੂੰ ਬੜੀ ਰੂਹਾਨੀਅਤ ਅਲੀ ਮਜਲਿਸ ਪੀਰ ਜੀ ਜਿਹੜੇ ਵਹਿਣ ਦਾ ਹੁਕਮ ਹੈ
ਇਹ ਵਹਿਣ ਦੇ ਦੋ ਸਤਰਾਂ ਪੜ੍ਹ ਕੇ ਜੀ ਬਾਬਾ ਅੱਛਾ ਮਜਾਲ ਮਜਾਲ ਚਾਚਾ ਮਜਾਲ ਮਜਾਲ ਤੁਹਾਡੀ ਅੱਖ ਚ ਹੰਝੂ ਮੁੱਦਤ ਦੇ ਬਾਅਦ ਜ਼ਖਮੀ ਪਿਓ ਜ਼ਖਮੀ ਧੀ ਕੋ ਮਿਲਣਾ ਹੈ ਮੈਂ ਸਦਕੇ ਥੀ ਬਹੁਤ ਸਬਰ ਸਹੀ ਮਜਲੇ ਸੀ ਤੁਸਾਂ ਆਪ ਹੁਣੇ ਮੇਰੇ ਬਾਅਦ ਪੜਸੋ ਮੈਂ ਕੋ ਜ਼ਿਆਦੇ ਬੰਦੇ ਬਜ਼ੁਰਗ ਲੱਗਦੇ ਅੱਲਾ ਮੈਂ ਕੋਈ ਧੀਆਂ ਦਿੱਤੀਆਂ ਨਹੀਂ ਇੱਥਾਂ ਢੇਰ ਬੰਦੇ ਧੀਆਂ ਹਾਲ ਬੈਠੇ ਉਹਨਾਂ ਦੀ ਮਿੰਨਤ ਚ ਕਰੇ ਨੇ ਤੁਸਾਂ ਹੈ ਜ਼ਰੂਰ ਕਰਾਏ ਮੈਂ ਕਿ ਮੁੱਦਤ ਦੇ ਬਾਅਦ ਜ਼ਖਮੀ ਪਿਓ ਜ਼ਖਮੀ ਧੀ ਕੋ ਸ਼ਾਮ ਦੇ ਜ਼ਿੰਦਾਨ ਚ ਮਿਲਣ ਆਏ ਮੈਂ ਸਦਕੇ ਥੀ ਖਾਕ ਤੇ ਸੁੱਤੀ ਪਈ ਹੈ ਮੇਰੀ ਮੁਰਸ਼ਿਦਾਦੀ ਮੌਲਾ ਸੱਜਾਦ ਦੀ ਆਵਾਜ਼ ਆਈ ਮਾਸੂਮਾ ਜਾਗ ਬਾਬਾ ਮਿਲਣ ਆਈ ਅੱਲਾ ਜਾਣੇ ਬੀਬੀ ਦੀ ਕਿਹੜੀ ਮਜਬੂਰੀ ਆਈ ਅੱਖੀ ਬੰਦ ਰਹਿ ਗਏ ਬੀਬੀ ਦੋਵੇਂ ਹੱਥ ਵਧਾਏ ਬੀਬੀ ਦੀ ਆਵਾਜ਼ ਆਈ ਸੱਜਾਦ ਬੇਰਾ ਰੱਖ ਸਰ ਮੇਰੇ ਸੀਨੇ ਤੇ ਦੁੱਖ ਪਿਓ ਕੋ ਸੁਣੇ ਦੀਆਂ ਮੈਂ ਬੁੱਢੜੀ ਥੀ ਗਈਆਂ ਬਾਬੇ ਕੋ ਦੱਸੇ ਮੈਂ ਸਦਕੇ ਮੈਂ ਸਦਕੇ ਥੀ ਮੈਂ ਸਦਕੇ ਥੀ ਹਾਂ ਕੀ ਵਾਸਤੇ ਚਾਚਾ ਮੈਂ ਆਖਾਂ ਨੌਕਰ ਬਾਬਾ ਨੌਕਰ ਬਾਬਾ ਧੀਆਂ ਵਾਲੇ ਬੰਦੇ ਜਿਤਨੇ ਬੈਠੇ ਹੱਥ ਪਿਆ ਬੰਨਾ ਸ਼ਾਲਾ ਤੁਹਾਡੀਆਂ ਧੀਆਂ ਦੇ ਪਰਦੇ ਹੋਵੇ ਹੁਸੈਨ ਦੀ ਜ਼ਖਮੀ ਦੀ ਦੇ ਪਹਿਲੇ ਵਹਿਣ ਤੇ ਹੈ ਜ਼ਰੂਰ ਕਰੇ ਪਿਓ ਦੇ ਸਰ ਕੁਹਾਂ ਨਾ ਲਾ ਕੇ ਬੀਬੀ ਵਹਿਣ ਕਰਕੇ ਆ ਦੀਏ ਬਾਬਾ ਤੇਰੇ ਕਾਤਲਾਂ ਨੇ ਮੈਂ ਕੋਈ ਤਨਾ ਮਾਰਾ ਏ ਮੈਂ ਦੀਦ ਵੀ ਮੁੱਕ ਗਈ ਹੈ ਹਰ ਪਾਸੇ ਅਧਾਰਾ ਮੈਂ ਸਦਕੇ ਥੀ ਹਾਂ ਮੈਂ ਸਦਕੇ ਥੀ ਹਾਂ ਬੀਬੀ ਦੀ ਆਵਾਜ਼ ਆਈ ਮੇਰਾ ਜ਼ਖਮੀ ਬਾਬਾ ਜਿਵੇਂ ਅਕਬਰ ਬੋਲਾ ਤਾਏ ਸੱਜਾ ਦੁਗਲੇ ਦੀਆਂ ਜ਼ਿੰਦਾ ਨਿਚ ਕਈ ਵਾਰੀ ਮੈਂ ਝਣ ਝਣ ਵੈਂਦੀ ਹਾਏ ਹਾਏ ਮੈਂ ਸਦਕੇ ਥੀ ਬੀਬੀ ਇਹਨਾਂ ਕੋ ਆਪਣੀ ਜ਼ਖਮੀ ਕਬਰ ਦੇ ਜ਼ਿਆਰਤ ਕਰਾ ਏਵਨ ਕੀ ਅੱਖੀ ਨਾਲ ਗੁਰਬਤ ਦੇਖਣ ਜਿਹੜੀ ਸ਼ਾਮ ਵਿੱਚ ਅੱਜ ਵੀ ਬੀਬੀ ਦੀ ਕਬਰ ਤੇ ਗੁਰਬਤ ਵਸਦੀ ਪਈ ਇਸ਼ਾਰਤਨ 14-15 ਸਾਲ ਦੀ ਨੌਕਰੀ ਚ ਕਦੇ ਸਖਤ ਨਹੀਂ ਪੜਾ ਇੱਕ ਜੁਮਲਾ ਪੜਦਾ ਇੱਕ ਸਤਰ ਪੜਦਾ ਚਾਚਾ ਮੁਸੱਲੇ ਤੇ ਯਾਦ ਆ ਗਈ ਨਾ ਮੈਂ ਤਾਂ ਇਸ਼ਾਰਾ ਤੇ ਕੋਈ ਯਾਦ ਆ ਗਿਆ ਹੁਸੈਨ ਦੀ ਜ਼ਖਮੀ ਦੀ ਕਰੋਸ ਪਿਉ ਤੇ ਸਰ ਕੁਹਾਂ ਨਾ ਲਾ ਕੇ ਬੀਬੀ ਦੂਜਾ ਵਹਿਣ ਕਰਕੇ ਆਦੀਏ ਬਾਬਾ ਦੁਰਸ਼ ਮਿਰ ਨੂੰ ਦੇਈਵੇ ਨਾ ਬਾਬਾ ਦੱਸਾ ਸੰਗਦੀ ਹੁਣ ਹਸ਼ਰ ਦੀ ਤਾਣੀ ਮੈਂ ਦੁਰ ਨਾ ਪਾ ਸੰਗ ਵਜਾ ਕਿਆ ਹੈ ਬੀਬੀ ਆਦੀਏ ਬਾਬਾ ਕੰਨ ਦੁੱਖ ਦਿਨ ਸਮਣ ਵੇਲੇ ਬਹੁ ਚਾਰੇ ਲੈਂਦੀਆਂ ਹੌਲੇ ਹੌਲ ਜ਼ਖਮਾਂ ਤੋਂ ਮੈਂ ਖੂਨ ਪੁੰਝੇਂਦੀ ਆਏ ਅੱਲਾ ਮੁਤਮਈਨ ਤੇਰੀ ਅੱਖ ਚ ਹੰਝੂ ਡੇ ਕੇ ਦੇਣ ਪਾਕ ਮਖਦੂਮਾ ਸਾਹਿਬ ਤੇਰੀ ਮੇਰੀ ਨੌਕਰੀ ਕਬੂਲ ਫਰਮਾ ਇਹ ਮਜਲੇ ਸੇ ਹੁਸੈਨ ਇੱਕ ਵੈਣ ਔਖਾ ਜਿਹਾ ਪੜਦਾ ਤਾਂ ਕਿ ਬੀਬੀ ਦੇ ਪੁਰਸੇ ਚ ਹਰ ਬੰਦਾ ਸ਼ਾਮਿਲ ਹੋਵੇ ਉਹ ਕਿਹੜਾ ਵੈਣ ਹੈ ਅਲਮਾਂ ਦੇ ਦਰਮਿਆਨ ਖੜਾ ਪੂਰੇ ਮੁਲਕ ਚ ਤੂੰ ਅੱਗਾਂ ਹੁਸੈਨ ਦੇ ਮਾਤਮਿਆਂ ਜਵਾਨਾਂ ਪੜਨ ਹੀ ਨਹੀਂ ਦਿੱਤਾ ਕਿਹੜਾ ਮਾਤਮੀ ਹੈ ਜਿਹੜਾ ਬਰਦਾਸ਼ਤ ਕਰੇ ਸੀ ਚਾਚਾ ਫਿਤਰਤ ਦੀ ਗੱਲ ਦਾ ਸਾਰਾ ਪਿਆ ਗਿਣਨਾ ਧੀ ਜਿਹੜੇ ਅਮੀਰ ਖਾਰੀ ਚੋਵੇ ਪੈ ਕੇ ਗਰੀਬ ਹੋਵੇ ਜਨਾ ਪੈ ਕੇ ਆਉਂਦੀ ਹੈ ਹਿੱਕਾ ਗਾਲ ਕਰੇ ਦੀ ਆਦੀ ਬਾਬਾ ਮੇਰਾ ਵੀਰ ਹੋਣ ਦੁਨੀਆਂ ਦੀ ਹਰ ਸ਼ੈ ਮੇਰੇ ਘਰ ਮੌਜੂਦ ਵੇ ਤੋਰੇ ਮਜ਼ਦੂਰੀ ਵੇ ਗਰੀਬੀ ਵੇ ਜਨਾ ਮਰ ਵੰਨਾ ਮੈਂ ਕੋ ਕਫਨ ਆਪ ਨਿਵਾਏ ਮਜ਼ਲੂਮ ਦੀ ਜ਼ਖਮੀ ਨੀ ਪਿਉ ਦੇ ਸਰ ਕੋ ਹਾਂ ਨਾ ਲਾਏ ਬੀਬੀ ਵਹਿਣ ਕਰਕੇ ਆਦੀ ਹੈ ਸੱਜਾਦ ਦੀ ਗੁਰਬਤ ਦਾ ਮੈਂ ਹੈ ਇਨਸਾਫ ਕੀਤਾ ਕਫਨ ਮੈਂ ਮਾਫ ਗਏ ਹਾਏ ਹਾਏ ਮੈਂ ਸਦਕੇ ਥੀ ਹਾਂ ਨੌਕਰ ਜਵਾਨੀਆਂ ਬਾ ਨੌਕਰ ਬਾਬਾ ਨੌਕਰ ਬਾਬਾ ਨੌਕਰ ਬਾਬਾ ਸੱਜਾਦ ਦੀ ਗੁਰਬਤ ਦਾ ਮੈਂ ਹੈ ਇਨਸਾਫ ਕੀਤਾ ਮੈਂ ਨਾ ਵੀਰ ਗਰੀਬ ਜੋਏ ਉਹ ਕੋ ਕਫਨ ਮੈਂ ਮਾਫ ਕੀਤਾ ਬੀਬੀ ਦੀ ਆਵਾਜ਼
يا مدى زخمي بابا هار دوخو قوزو مائي اپنے ویران کو بچ دیا تو اپنے چولے دا مائي کفن بڑے دی آئے مائي صدقے تھے مائي صدقے تھے مائي نوکری تھے تمام آئی بزرگ دے حکم دی تعمیلی اٹھی گیا ہیں این حسین دی زخمی دی دا لکھان دا صرف حکو مصرہ سنو چاہ قیدی حتہ تے چاچا قیدی میت زخمی حتہ تے زخمی میت ایک بند دو جی سطر تے میں تیری منت کیتی ہے جو ہے کریں ایک بھئی چکرے نے مطا یو ویلا ہوئے جو بھین دا میت پیا چاہے دو ہوئے تسے لم متحرک تھا میرا آدھا حتہ تے بی بی ایک وین کیتا ہے تو صرف پہلی گلتے ہائے کریں تری اکھ جانے تو شام دے لٹی سہن جانے بھین وین کر کے آدھئے میڈا لاشا چاویں ادھے رات ویلے سجا تو بھیرا یا جانی کھڑا ہے میڈا لاشا چاویں ادھے رات ویلے سجا تو بھیرا یا جانی کیویں چا کے ٹور سے بھیڑ دے ویچ نوکر بابا ایک وین لوادا کیتا وین اوپر دا تک مسلے تے یاد آیا تو مظلوم دی زخمی دید دکھا جرو سے بیر تصور شاہ جی ہے ستر پلن تو پہلے آدارانا کھا گئے بازار علی جدھیاں کو کھا گئے بازار شبیر جدھیاں کو مر ونجر دے بعد بھیرا جاتا تے بی بی پہلے وین کر کے آدھی ہے سجاد بھیرا میں دینا شک چاہ میں ہوں ویلے چھائے ویلے بندے بازار ہوئے میں دینا شک چاہ جی بابا میں صدقے نوکر بابا نوکر بابا میں دینا شک چاہ قبول فرما.